ਉਧਰ ਕੇਂਦਰ ਦੇ ਵਿੱਚ ਕੈਬਨਿਟ ਮੰਤਰੀ ਅਤੇ ਬਾਦਲ ਪਰਿਵਾਰ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਪਾਣੀਆਂ ਬਾਰੇ ਆਪਣੀ ਰਾਏ ਰੱਖੀ ਹੈ। ਬੀਬੀ ਦਾ ਕਹਿਣਾ ਹੈ ਕਿ ਪੰਜਾਬ ਦੇ ਕੋਲ ਹੋਰਨਾਂ ਸੂਬਿਆਂ ਨੂੰ ਦੇਣ ਲਈ ਇੱਕ ਵੀ ਬੂੰਦ ਵਾਧੂ ਪਾਣੀ ਨਹੀਂ ਹੈ। ਉਹਨਾਂ ਕਾਂਗਰਸ ਉੱਤੇ ਪੰਜਾਬ ਦੇ ਪਾਣੀ ਨੂੰ ਹੋਰਨਾਂ ਸੂਬਿਆਂ ਨੂੰ ਦੇਣ ਦਾ ਇਲਜ਼ਾਮ ਲਗਾਇਆ ਹੈ। ਇਸ ਮੌਕੇ ਉਹਨਾਂ ਅਕਾਲੀ ਭਾਜਪਾ ਗੱਠਜੋੜ ਮਜ਼ਬੂਤ ਰਹਿਣ ਅਤੇ ਕਦੇ ਵੀ ਨਾ ਟੁੱਟਣ ਦਾ ਦਾਅਵਾ ਵੀ ਕੀਤਾ ਹੈ। ਬੀਬੀ ਹਰਸਿਮਰਤ ਕੌਰ ਬਾਦਲ ਇਸ ਸਮੇਂ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਵਿੱਚ ਕੀਰਤਨ ਦਰਬਾਰ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਆਏ ਹੋਏ ਸੀ। ਉਹਨਾਂ ਨੇ ਔਰਤ ਦਿਵਸ ਬਾਰੇ ਬੋਲਦਿਆਂ ਹੋਇਆਂ ਔਰਤ ਦਿਵਸ ਦੀ ਵਧਾਈ ਵੀ ਦਿੱਤੀ ਹੈ। ਕੈਪਟਨ ਸਾਹਿਬ ਤੋਂ ਚੱਕਣ ਤੋਂ ਬਹੁਤ ਪਹਿਲੇ ਇਹ ਪਾਣੀ ਦੇਣ ਵਾਲੀ ਕਾਂਗਰਸ ਸਰਕਾਰ ਸੀਗੀ, ਜਿਨ੍ਹਾਂ ਨੇ ਪੰਜਾਬ ਦਾ ਪਾਣੀ ਅਗਾਂਹ ਅੱਗੇ ਦਿੱਤਾ ਸੀ। ਇਸ ਪਾਣੀ ਦੇ ਖਿਲਾਫ ਕਿ ਪੰਜਾਬ ਵਿੱਚ ਕੋਈ ਪਾਣੀ ਨਹੀਂ ਹੈਗਾ, ਅਕਾਲੀ ਦਲ ਨੇ ਹਮੇਸ਼ਾ ਮੋਰਚਾ ਲਾਇਆ ਹੈ। ਸ਼ੁਰੂ ਤੋਂ ਲੈ ਕੇ ਅਖੀਰ ਤਾਈਂ ਲੜਾਈਆਂ ਲੜੀਆਂ ਨੇ, ਕੈਦਾਂ ਵੀ ਕੱਟੀਆਂ ਨੇ, ਤੇ ਅੱਜ ਵੀ ਮੈਂ ਚੰਗੀ ਤਰ੍ਹਾਂ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਪੰਜਾਬ ਵਿੱਚ ਇੱਕ ਟੁਪਕਾ ਪਾਣੀ ਨਹੀਂ ਹੈਗਾ ਕਿਸੇ ਹੋਰ ਨੂੰ ਦੇਣ ਵਾਸਤੇ। ਅਸੀਂ ਆਪਣੇ ਪਾਣੀ ਨੂੰ ਬਚਾਉਣ ਵਾਸਤੇ ਕਿਸੇ ਹੱਦ ਤੱਕ ਜਾਵਾਂਗੇ ਤਾਂ ਬਿਲਕੁਲ ਨਹੀਂ ਦੇਵਾਂਗੇ, ਜੇ ਲੋੜ ਪਈ ਹਰੇਕ ਥਾਂ ਚੱਕਿਆ ਜਾਊਗਾ। ਮੇਰਾ ਖਿਆਲ ਜੇ ਤੁਸੀਂ ਦੇਖੋ ਕਿ ਰੇਸ਼ੋ ਪਿਛਲੇ ਸੈਂਸਸ 'ਚ ਤੇ ਇਸ ਸੈਂਸਸ 'ਚ, ਜਿਹੜੇ 0 ਤੋਂ 5 ਸਾਲ ਦੀ ਕੁੜੀਆਂ ਦੀ ਸੈਂਸਸ ਹੈ, ਉਹਦੇ ਵਿੱਚ ਪੰਜਾਬ ਵਿੱਚ ਕਾਫੀ ਵਾਧਾ ਹੋਇਆ ਹੈ। ਸੋ ਇਹ ਵਾਧਾ ਭਰੂਣ ਹੱਤਿਆ ਕਰਕੇ ਨਹੀਂ, ਭਰੂਣ ਹੱਤਿਆ ਘਟਣ ਕਰਕੇ ਹੋਇਆ ਹੈਗਾ। ਤੁਸੀਂ ਆਹ ਵੀ ਜਾਣਦੇ ਹੋ ਕਿ ਪੰਜਾਬ ਸਰਕਾਰ ਨੇ ਪਹਿਲੀ ਵਾਲੀ 3000 ਮਹਿਲਾ ਪੁਲਿਸ ਦੀ ਭਰਤੀ ਕਰਾਈ ਹੈ ਤਾਂ ਕਿ ਥਾਣਿਆਂ ਵਿੱਚ ਔਰਤ ਔਰਤ ਦੇ ਕੋਲ ਜਾ ਕੇ ਆਪਣੀ ਤਕਲੀਫ ਦਿਖਾ ਸਕਦੀ ਹੈ। ਆਹ ਮੇਰੇ ਨਾਲ ਦੇਖੋ ਕਿੰਨੀਆਂ ਖੜੀਆਂ ਨੇ, ਇਹ ਸਾਰੀ ਮਹਿਲਾ ਦਾ ਤਕਲੀਫਾਂ ਸੁਣਨ ਵਾਸਤੇ ਇਹਨਾਂ ਦੀ ਭਰਤੀ ਕੀਤੀ ਹੈ।